ਸਤਿ ਸ਼੍ਰੀ ਅਕਾਲ ਅਜੀਤ ਵੈੱਬ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਪੰਜਾਬ ਦੀਆਂ ਜੇਲ੍ਹਾਂ ਵਿੱਚ ਚਲਾਈ ਗਈ ਤਲਾਸ਼ੀ ਮੁਹਿੰਮ, ਵੱਖ ਵੱਖ ਜੇਲ੍ਹਾਂ 'ਚੋਂ ਮੋਬਾਈਲ ਫੋਨ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ। ਹਿਮਾਚਲ ਪ੍ਰਦੇਸ਼ ਵਿੱਚ ਬੱਸ ਖੱਡ ਵਿੱਚ ਡਿੱਗਣ ਕਾਰਨ 12 ਮੌਤਾਂ, ਤਕਰੀਬਨ 45 ਜ਼ਖਮੀ। ਦਿੱਲੀ ਵਿੱਚ ਓਲਾ ਕੈਬ ਦੇ ਡਰਾਈਵਰ ਵੱਲੋਂ ਵਿਦੇਸ਼ੀ ਔਰਤ ਨਾਲ ਛੇੜਛਾੜ, ਡਰਾਈਵਰ ਗ੍ਰਿਫਤਾਰ। ਕੈਨੇਡਾ ਦੇ ਕੈਲਗਰੀ ਵਿੱਚ ਇੱਕ ਕਾਰ ਨੂੰ ਲੱਗੀ ਅੱਗ ਕਾਰਨ 5 ਪੰਜਾਬੀਆਂ ਦੀ ਮੌਤ, ਮ੍ਰਿਤਕਾਂ ਦੀ ਪਛਾਣ ਨਹੀਂ ਹੋਈ। ਕਪੂਰਥਲਾ ਤੋਂ ਅਗਵਾ ਜਸਪ੍ਰੀਤ ਦੇ ਕਤਲ ਦੇ ਮਾਮਲੇ ਵਿੱਚ 3 ਦੋਸ਼ੀ ਗ੍ਰਿਫਤਾਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੀਆਂ ਜੇਲ੍ਹਾਂ ਵਿੱਚ ਤਕਰੀਬਨ 250 ਗੈਂਗਸਟਰ ਨਜ਼ਰਬੰਦ ਨੇ। ਇਹਨਾਂ ਵੱਲੋਂ ਜੇਲ੍ਹਾਂ ਵਿੱਚੋਂ ਸੋਸ਼ਲ ਮੀਡੀਆ 'ਤੇ ਫੋਟੋਆਂ ਪਾਉਣਾ ਅਤੇ ਫੇਸਬੁੱਕ ਦੀ ਵਰਤੋਂ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਵੀ ਖਬਰਾਂ ਅਕਸਰ ਮਿਲਦੀਆਂ ਰਹਿੰਦੀਆਂ ਨੇ। ਇਸੇ ਦੇ ਮੱਦੇਨਜ਼ਰ ਅੱਜ ਪੰਜਾਬ ਦੀਆਂ ਜੇਲ੍ਹਾਂ ਵਿੱਚ ਇੱਕ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਵੱਡੀ ਮਾਤਰਾ ਵਿੱਚ ਮੋਬਾਈਲ ਫੋਨ ਬਰਾਮਦ ਹੋਏ ਅਤੇ ਨਸ਼ੀਲੀਆਂ ਵਸਤਾਂ ਜਾਂ ਨਸ਼ੇ ਲਈ ਵਰਤਿਆ ਜਾਣ ਵਾਲਾ ਹੋਰ ਸਮਾਨ ਵੀ ਫੜਿਆ ਗਿਆ। ਨਾਭਾ ਸ਼ਹਿਰ ਦੀਆਂ 2 ਜੇਲ੍ਹਾਂ ਵਿੱਚ DIG ਰੋਪੜ ਰੇਂਜ ਗੁਰਸ਼ਰਨ ਸਿੰਘ ਸੰਧੂ ਅਤੇ SSP ਪਟਿਆਲਾ ਦੀ ਅਗਵਾਈ ਹੇਠ 200 ਤੋਂ ਵੱਧ ਪੁਲਿਸ ਕਰਮਚਾਰੀਆਂ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਨਾਭਾ ਦੀ ਜ਼ਿਲ੍ਹਾ ਜੇਲ੍ਹ ਵਿੱਚੋਂ ਸਿਮ ਕਾਰਡ ਸਮੇਤ 15 ਮੋਬਾਈਲ ਫੋਨ ਬਰਾਮਦ ਕੀਤੇ ਗਏ ਅਤੇ ਕੁਝ ਹੋਰ ਸਮਾਨ ਵੀ ਬਰਾਮਦ ਹੋਇਆ। ਨਾਭਾ ਦੀ ਦੂਜੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਵਿੱਚੋਂ ਮੋਬਾਈਲ ਦੀਆਂ 3 ਬੈਟਰੀਆਂ ਅਤੇ ਹੈੱਡਫੋਨ ਮਿਲੇ ਨੇ। ਅੱਜ ਸਵੇਰੇ ਇਸ ਜੇਲ੍ਹ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਫਸਰ ਅਤੇ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਦਾ ਮਕਸਦ ਜੋ ਟੈਲੀਫੋਨਸ ਵਗੈਰਾ ਦੀ ਮਿਸਯੂਜ਼ ਹੋ ਰਹੀ ਆ ਉਸ ਨੂੰ ਕਰਬ ਕਰਨਾ ਅਤੇ ਨਾਰਕੋਟਿਕਸ ਦਾ ਪਤਾ ਲਾਉਣਾ ਸੀਗਾ। ਸਰਚ ਦੇ ਦੌਰਾਨ ਕੁਛ ਮੋਬਾਈਲ ਫੋਨ ਅਤੇ ਕੁਛ ਹੋਰ ਚੀਜ਼ਾਂ ਮਿਲੀਆਂ ਨੇ। ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਜਿਹੜੇ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਦੀ ਕਾਰਵਾਈ ਹੋਵੇ। ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ 700 ਤੋਂ ਵੱਧ ਪੁਲਿਸ ਜਵਾਨਾਂ ਨੇ ਜੇਲ੍ਹ ਦੀ ਚੈਕਿੰਗ ਕੀਤੀ। ਇਸ ਦੌਰਾਨ ਪੁਲਿਸ ਨੇ 21 ਮੋਬਾਈਲ, 8 ਸਿਮ, 14,000 ਰੁਪਏ ਨਕਦ, 308 ਸਰਿੰਜਾਂ ਅਤੇ ਭਾਰੀ ਮਾਤਰਾ ਵਿੱਚ ਚਮਕੀਲੀਆਂ ਪੰਨੀਆਂ ਜੋ ਨਸ਼ੇ ਲਈ ਵਰਤੀਆਂ ਜਾਂਦੀਆਂ ਨੇ ਬਰਾਮਦ ਕੀਤੀਆਂ। ਉਧਰ ਅੱਜ ਤੜਕਸਾਰ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਵੀ 2 ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਵੱਡਾ ਤਲਾਸ਼ੀ ਆਪਰੇਸ਼ਨ ਚਲਾਇਆ ਗਿਆ। ਤਲਾਸ਼ੀ ਦੌਰਾਨ 430 ਗ੍ਰਾਮ ਨਸ਼ੀਲਾ ਪਾਊਡਰ, 6 ਮੋਬਾਈਲ ਫੋਨ ਅਤੇ 1 ਸਿਮ ਕਾਰਡ ਬਰਾਮਦ ਹੋਇਆ। ਕੈਦੀਆਂ ਨੇ ਮੋਬਾਈਲ ਫੋਨ ਟੁੱਥਪੇਸਟ ਵਾਲੀ ਖਾਲੀ ਟਿਊਬਾਂ ਵਿੱਚ ਛੁਪਾਏ ਹੋਏ ਸਨ। ਪੁਲਿਸ ਨੇ 6 ਵਿਅਕਤੀਆਂ ਵਿਰੁੱਧ 5 ਮੁਕੱਦਮੇ ਦਰਜ ਕੀਤੇ ਨੇ। ਸੈਂਟਰਲ ਜੇਲ੍ਹ ਗੁਰਦਾਸਪੁਰ 'ਚ ਰੇਡ ਕੀਤਾ, ਡਿਊਟੀ ਮੈਜਿਸਟਰੇਟ ਨਾਲ ਸੀਗੇ ਸਾਡੇ। ਇਸ ਤੋਂ ਇਲਾਵਾ ਅਸੀਂ ਆਪਣੀ ਫੋਰਸ ਅਤੇ ਬਟਾਲੀ ਦੀ ਫੋਰਸ ਨੂੰ ਨਾਲ ਲੈ ਕੇ ਜੀ ਰੇਡ ਕੀਤਾ। ਉੱਥੋਂ ਸਾਨੂੰ 6 ਮੋਬਾਈਲ ਫੋਨ ਮਿਲੇ, ਜਿਨ੍ਹਾਂ ਨਾਲ ਇਹ ਜਿਹੜੇ ਬੰਦੇ ਸੀਗੇ ਬਾਹਰ ਰਾਬਤਾ ਕਾਇਮ ਕਰਦੇ ਸੀ, ਗੱਲਾਂ ਬਾਤਾਂ ਕਰਦੇ ਸੀ ਅਤੇ ਆਪਣਾ ਧੰਦਾ ਚਲਾਉਂਦੇ ਸੀ। 1 ਸਿਮ ਮਿਲਿਆ ਅਤੇ 430 ਗ੍ਰਾਮ ਨਸ਼ੀਲਾ ਪਾਊਡਰ ਮਿਲਿਆ। ਇਸ ਜਿਹੜੀ ਸਾਰੀ ਬਰਾਮਦੀ ਦੇ ਸੰਬੰਧ ਵਿੱਚ ਅਸੀਂ 5 ਮੁਕੱਦਮੇ ਦਰਜ ਕੀਤੇ ਨੇ। ਉਹ ਜਿਹੜੇ 5 ਮੁਕੱਦਮੇ ਨੇ ਉਹਨਾਂ 'ਚ 3 ਮੁਕੱਦਮੇ ਜਿਹੜੇ ਨੇ 2285 NDPS ਐਕਟ, 52A ਪ੍ਰਿਜ਼ਨ ਐਕਟ ਦੇ ਤਹਿਤ ਕੀਤੇ ਨੇ ਅਤੇ 2 ਮੁਕੱਦਮੇ ਜਿਹੜੇ ਨੇ 52A ਪ੍ਰਿਜ਼ਨ ਐਕਟ ਦੇ ਤਹਿਤ ਦਰਜ ਕੀਤੇ ਨੇ। ਹੁਣ ਜਿਹੜੇ ਦੋਸ਼ੀਆਂ ਦੇ ਖਿਲਾਫ 22 ਨੇਮ ਪਰਚੇ ਦਰਜ ਨੇ, 6 ਦੋਸ਼ੀ ਨੇ, ਇਹਨਾਂ ਨੂੰ ਅਸੀਂ ਪ੍ਰੋਡਕਸ਼ਨ ਫਰੰਟ 'ਤੇ ਲਿਆਵਾਂਗੇ। ਇਹਨਾਂ ਤੋਂ ਹੋਰ ਪੁੱਛਗਿੱਛ ਕਰਾਂਗੇ, ਇਹਨਾਂ ਦਾ ਮੋਡਸ ਅਪਰੈਂਡੀ ਕੀ ਆ, ਕਿਵੇਂ ਤਰੀਕਾ ਵਾਰਦਾਤ, ਕਿਵੇਂ ਨਸ਼ਾ ਅੰਦਰ ਲਿਆਉਂਦੇ ਰਹੇ, ਕਿਵੇਂ ਇਹ ਵੇਚਦੇ ਨੇ, ਕਿਵੇਂ ਮੋਬਾਈਲ 'ਤੇ ਬਾਹਰ ਗੱਲਾਂ ਕਰਦੇ ਨੇ ਡਿਸਪਾਈਟ ਆਫ ਦਿਸ ਥਿੰਗ ਕਿ ਉੱਥੇ ਜੈਮਰ ਲੱਗਾ ਵਾ। ਇਹ ਸਾਰੀ ਚੀਜ਼ ਦੀ ਪੁੱਛਗਿੱਛ ਕੀਤੀ ਜਾਵੇਗੀ। ਇਸੇ ਤਰ੍ਹਾਂ ਸੰਗਰੂਰ ਦੀ ਜੇਲ੍ਹ ਵਿੱਚ ਵੀ SSP ਪ੍ਰਿਤਪਾਲ ਸਿੰਘ ਥਿੰਦ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਅਤੇ 500 ਦੇ ਕਰੀਬ ਜਵਾਨਾਂ ਵੱਲੋਂ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਪਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ 2 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਇਸ ਮੁਹਿੰਮ ਵਿੱਚ ਪੁਲਿਸ ਸਿਰਫ 1 ਬਿਨਾਂ ਸਿਮ ਦਾ ਮੋਬਾਈਲ ਹੀ ਲੱਭ ਸਕੀ, ਜਦੋਂ ਕਿ ਸੰਗਰੂਰ ਜੇਲ੍ਹ ਵਿੱਚ ਵੀ ਅਕਸਰ ਗੈਂਗਵਾਰ ਹੋਣ, ਕੈਦੀਆਂ ਵੱਲੋਂ ਫੋਨ ਵਰਤਣ ਅਤੇ ਜੇਲ੍ਹ ਵਿੱਚ ਨਸ਼ੇ ਪਹੁੰਚਣ ਬਾਰੇ ਅਕਸਰ ਚਰਚਾ ਛਿੜਦੀ ਰਹੀ ਹੈ। ਦੇਖੋ, ਇੱਥੇ ਕਰੀਬ ਅਸੀਂ ਟੋਟਲ 13 ਬੈਰਕਾਂ ਦੇ ਅੰਦਰ ਅਸੀਂ 13 DSP ਅਤੇ ਕਰੀਬ 500 ਦੇ ਕਰੀਬ ਮੁਲਾਜ਼ਮ ਲਾਏ ਨੇ। ਸਰਚ ਸਾਡੀ ਚੱਲ ਰਹੀ ਆ, ਅਸੀਂ ਬਿਲਕੁਲ ਚੱਪੇ ਦੀ ਇਕੱਲੀ ਇਕੱਲੀ ਚੀਜ਼ ਦੀ ਬਕਾਇਦਾ ਪ੍ਰੋਪਰ ਸਾਰੀ ਜੋ ਪੌੜੀਆਂ ਅੰਦਰ ਜਾ ਕੇ ਇਕੱਲੀ ਇਕੱਲੀ ਚੀਜ਼ ਦੀ ਇਲੈਕਟ੍ਰੀਸ਼ਨ ਹਰੇਕ ਚੀਜ਼ ਦੀ ਜਿਹੜੀ ਆ ਸਰਚ ਆ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਇੱਕ ਦਰਦਨਾਕ ਬੱਸ ਹਾਦਸਾ ਹੋਣ ਦੀ ਖਬਰ ਹੈ। ਸੂਬੇ ਦੇ ਮੰਡੀ ਜ਼ਿਲ੍ਹੇ ਵਿੱਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਮੁਸਾਫਰਾਂ ਨਾਲ ਭਰੀ ਬੱਸ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ ਤਕਰੀਬਨ 45 ਹੋਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਘਟਨਾ ਬੀਤੀ ਰਾਤ ਦੀ ਹੈ। ਇਹ ਹਾਦਸਾ ਜੋਗਿੰਦਰਨਗਰ ਨੇੜੇ ਵਾਪਰਿਆ। ਬੱਸ ਧਰਮਸ਼ਾਲਾ ਤੋਂ ਰਿਕੋਂਗ ਪਿਓ ਜਾ ਰਹੀ ਸੀ ਕਿ ਅਚਾਨਕ ਖੱਡ ਵਿੱਚ ਜਾ ਡਿੱਗੀ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
दिल्ली विच ओला कैब दे ड्राइवर वल्लों विदेशी महिला नाल छेड़छाड़ करन दा शर्मनाक मामला सामने आया है। पुलिस ने ड्राइवर नूं गिरफ्तार करके मामले दी जांच शुरू कर दित्ती है। शिकायतकर्ता महिला बेल्जियम दी रहण वाली है। महिला अनुसार जदों ओ इंदिरा गांधी हवाई अड्डे तों सीआर पार्क जाण लई ओला कंपनी दी कार विच जा रही सी तां रस्ते विच ड्राइवर ने उस नाल छेड़छाड़ करनी शुरू कर दित्ती। घटना बीते शनिचरवार दी है। महिला अनुसार ड्राइवर जीपीएस खराब होण दा बहाना लगा के कार नूं इधर उधर घुमांदा रहा। इस तों बाद ड्राइवर ने छेड़छाड़ करनी शुरू कर दी। महिला वालों विरोध करने तो बाद ड्राइवर ने उस नूं रस्ते विच उतार दिता ते फरार हो गया। महिला की शिकायत ते पुलिस ने कार्रवाई करके तुरंत ड्राइवर नूं गिरफ्तार कर लिया। ड्राइवर राज सिंह राजस्थान का रहने वाला है। कैनेडा के कैलगरी शहर के एक घर में अग लगन कारण पांच पंजाबियों की सड़ के मौत हो गई। घटना कैलगरी के नॉर्थ ईस्ट इलाके में वापरी। मिली जानकारी अनुसार मृतक पंजाबियों की फिलहाल पछाण नहीं हो सकी। गुआंढियों ने सवेरे घर विचों धुआं निकलता देखा तो इस अग बारे पता लगा। इस तों बाद फायर ब्रिगेड की टीम ने मौके पर पहुंच के अग पर काबू पाया। बाद विच घर की तलाशी लैण ते पांच व्यक्तियों दीआं लाशां बरामद हुईआं। फायर ब्रिगेड ते पुलिस वल्लों अग लगण दे कारणां बारे जांच की जा रही है। पुलिस ने कपूरथला शहर के एक कारोबारी के मासूम पुत्र जसकीरत सिंह की अगवा तो बाद हुए कतल के मामले को सुलझाने का दावा किया है। पुलिस वालों इस मामले में तीन लोगों को गिरफ्तार किया गया है जिन्होंने एक जसकीरत के परिवार का रिश्तेदार ही है। बीती 11 अप्रैल को ट्यूशन लई घरों निकले 14 साल के मासूम जसकीरत की लाश 13 अप्रैल को तरन तारण जिले के एक पिंड तो बरामद हुई थी। उसका बेरहमी नाल कतल किया गया से लाश की शिनाखत मिटाने लई उसके तेजाब भी सुटिया गया। पहला परिवार को फिरौती लई एक फोन भी आया से जसकीरत बदले मंगे गए 30 लाख रुपए लैके जदों परिवार अगवाकारा वालों दसी गई थां ते पहुंचिया तां उत्थे उन्हां नूं कोई नहीं मिलिया। बाद विच 13 अप्रैल नूं जसकीरत दी लाश मिली। जिस दिन इंसीडेंट होया उस दिन तो ही सानूं लगदा सी वी इहदे विच कोई परसनल सर्कल चों ही निकलेगा। इह भी लग रिहा सी वी शायद रैनसम कॉल कवर है, पर जदों हुण इनवैसटिगेशन होई है तिन्ने अक्यूज पकड़े गए हैं उस तों पता लग्गिया इहदे विच रैनसम और मर्डर दोनों ही मोटिव से। सो सानू इस विच टाइम पुलिस नू इस करके ज़्यादा लग्या कि प्रोफेशनल किडनैपिंग दे जड़ा है वो पहलू नाल दी नाल चल रहा सी। पहले दिन तो सानू सी परसनल सर्कल चो एक क्राइम हो सकता, उसके वास्ते परसनल सर्कल च या उन्होंने निजी सर्कल ची साडा जाना प्रोफेसनली रिस्ट्रेन सानू ऑब्जर्व करने पे। जदों तक साडे कोल सफिशेंट और कन्विंसिंग एविडेंस नहीं आ गया वो उस तो उदों तक सानू वेट करनी पई। ये वो पीरियड से जिस दे विच पुलिस नू क्रिटिसाइज किया गया, कोई नहीं इट्स ए पार्ट ऑफ प्रोफेशन, पर असी इस काम नू टाइम लगता, वेरीफिकेशन नू टाइम लगता, उस तो बाद ही इन्हां लोगों नू राउंड अप किया ते अरेस्ट किया है। सो मोटिव बहुत क्लीयर है, जेलसी एनिमिटी के फाइनैशियल के साथ हो आर्थिक तौर पर एक परिवार बहुत अगे चला गया असी पिछे रह गए वो जैलसी। पंजाब विच गैंगवार का सिलसिला रुकण का नाम नहीं लै रहा। लंघे दिनों दौरान पंजाब विच अजिहियां कई वारदातां हुईआं ने। इसे तरह की घटना अज फरीदकोट शहर विच वापरी जिथे दविंदर हैप्पी उर्फ देवा नां दे गैंगस्टर नूं गोलियां मार के कतल कर दिता गया। उसनूं स्थानक नंदियाणा गेट नेड़े अणपछाते मोटरसाइकिल सवारां वल्लों गोलियां मारियां गईआं। मृतक दा नां इलाके दे नामी गैंगस्टरां विच आउंदा सी। इस घटना तों बाद स्थानक केंद्री जेल विच दो तड़िआं विचकार भारी लड़ाई होण दी खबर भी आई है। इन्हां चों इक तड़े दा संबंध मारे गए गैंगस्टर देवा नाल मन्निआ जांदा है। दो कैदियां नूं जख्मी हालत विच स्थानक मेडिकल कॉलेज विच दाखिल करवाया गया। जेल विच भारी पुलिस फोर्स तैनात की गई है। सरबत दा भला चैरिटेबल ट्रस्ट वालों आज गुरु नानक दरबार गुरुद्वारा पुराना राजपुरा विखे ट्रस्ट दे प्रधान डॉक्टर एस पी सिंह ओबराए दे सहयोग नाल अमरजीत सिंह पन्नू दी अगवाई हेठ एक विशेष समागम करवाया गया जिस विच 26 गरीब परिवारां नूं पेंशन दे चैक वंडे गए। इस मौके अंगहीण विधवा ते होर लोड़वंद लोकां नूं चैक दिते गए। राजपुरा दे SDM बिक्रमजीत सिंह शेरगिल समागम विच विशेष तौर ते पहुंचे। ट्रस्ट दे अहुदेदारां ने जानकारी दिंदिआं दस्सिआ कि ट्रस्ट वल्लों हर महीने लोड़वंद परिवारां नूं पेंशन वंडी जांदी है। इसे तहत अज इन्हां परिवारां नूं पेंशन वंडी गई। अज मैनूं इत्थे आउण दा मौका दित्ता तुसीं सरबत दा भला ट्रस्ट वल्लों जिहड़ियां पेंशन लगाईआं गईआं उहनां नूं वंडण लई ते बहुत आई एम वेरी हंबल्ड। मैं बहुत माण महसूस हो रहा है कि तुम मैंने इतने बुलाया तो एक बहुत ही चंगा स्टैप है यह सरदार SPS ओबराए डॉक्टर SPS ओबराए वालों जो चक्या गया। मैं कई बार सोचता हूँ भी काश यह जे महापुरख थोड़े होर होंगे तो इस देश जो अच्छ आप चारे पास देखते हैं गरीबी तो होर प्रॉब्लम ने जोड़िया सोशल प्रॉब्लम
ਦੇ ਨਾ ਹੁੰਦੀ ਸੋ ਇਹਨਾਂ ਵੱਲੋਂ ਬਹੁਤ ਸ਼ਲਾਘਾਯੋਗ ਸਟੈਪ ਲਿਆ ਗਿਆ ਹੈ ਆਈ ਐਮ ਵੈਰੀ ਹੰਬਲਡ ਜਿਵੇਂ ਮੈਂ ਦੱਸਿਆ ਤੁਹਾਨੂੰ ਤੁਹਾਡੇ ਸਾਰਿਆਂ ਦੇ ਵਿੱਚ ਆ ਕੇ ਬਹੁਤ ਅੱਛਾ ਲੱਗਿਆ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਆਪਣੇ ਸੰਗਤ ਦਰਸ਼ਨ ਦੇ ਤੀਜੇ ਅਤੇ ਆਖਰੀ ਦਿਨ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਸਬਾ ਰਾਹੋਂ ਵਿੱਚ ਸੰਗਤ ਦਰਸ਼ਨ ਕੀਤਾ ਗਿਆ ਉਹਨਾਂ ਨੇ ਸ਼ਹਿਰ ਦੇ 13 ਵਾਰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਇਹਨਾਂ ਨੂੰ ਮੌਕੇ ਤੇ ਹੱਲ ਕਰਨ ਦੇ ਆਦੇਸ਼ ਵੀ ਦਿੱਤੇ ਉਹਨਾਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਗ੍ਰਾਂਟ ਵੀ ਜਾਰੀ ਕੀਤੀ ਗਈ ਪੱਤਰਕਾਰਾਂ ਵੱਲੋਂ ਗੈਂਗਸਟਰਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਅਪਰਾਧੀਆਂ ਨੂੰ ਛੇਤੀ ਹੀ ਨੱਥ ਪਾ ਲਈ ਜਾਵੇਗੀ ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੋਂ ਪਹਿਲਾਂ ਪੰਜਾਬ 14ਵੇਂ ਨੰਬਰ ਤੇ ਸੀ ਪਰ ਹੁਣ ਤੀਜੇ ਨੰਬਰ ਤੇ ਹੈ ਕਈ ਗੱਲਾਂ ਦੱਸੀਆਂ ਗਈਆਂ ਜਾਂਦੀਆਂ ਹੋਣੀਆਂ ਵੀ ਆ ਕੇ ਕਰ ਰਿਹਾ ਲੇਕਿਨ ਇਹਦਾ ਪੂਰਾ ਇੰਤਜ਼ਾਰ ਕਿਉਂਕਿ ਜਿਹੜੇ ਸਕੂਲੀ ਬੱਚੇ ਆ ਜਾਂ ਹੋਰ ਬੱਚੇ ਵੀ ਇਹਨਾਂ ਚੀਜ਼ਾਂ ਦੇ ਨਾਲ ਜੁਆਇੰਟ ਹੋ ਰਹੇ ਅੱਗੇ ਤੋਂ ਅੱਗੇ ਕਾਫੀ ਗਰੁੱਪ ਜਿਹੜੀ ਪ੍ਰੋਬਲਮ ਹੁੰਦੀ ਹੈ ਪ੍ਰੋਬਲਮਾਂ ਕੋਈ ਮੁਲਕ ਨਹੀਂ ਜਿਹਦੇ 'ਚ ਕੋਈ ਪ੍ਰੋਬਲਮ ਨਾ ਤੁਸੀਂ ਦੇਖਿਆ ਹੋਣਾ ਬਾਹਰਲੇ ਮੁਲਕਾਂ 'ਚ ਗੈਂਗਸਟਰ ਕਈ ਕਈ ਥਾਂ 'ਤੇ ਸਕੂਲਾਂ 'ਤੇ ਹਮਲੇ ਕਰਦੇ ਹਾਂ ਮੈਂ ਨਹੀਂ ਅਲੱਗ ਮੈਂ ਉਹ ਕ੍ਰਾਈਮ ਥੋੜ੍ਹਾ ਬਹੁਤ ਹਲਕਾ ਹੁੰਦਾ ਹੈ ਉਹਦਾ ਇਲਾਜ ਵੀ ਹੁੰਦਾ ਸਾਡੇ ਡੀ ਜੀ ਪੀ ਸਾਹਿਬ ਪੂਰਾ ਮੇਰੇ ਨਾਲ ਡਿਸਕਸ ਕਰਕੇ ਉਹਦੇ 'ਤੇ ਉਹਨਾਂ ਦਾ ਵੀ ਮੰਨਣਾ ਹੈ ਕਿ 50 ਜਿਹੜੇ ਗਰੁੱਪ ਹੈਗੇ ਆ ਪੰਜਾਬ ਦੇ ਵਿੱਚ ਬਾਹਰ ਇਹ ਤੋਂ ਵੀ ਜ਼ਿਆਦਾ ਹੋਣੇ ਇਹ ਹੋ ਜਾਂਦੇ ਹੁੰਦੇ ਆ ਕੋਈ ਨਾ ਕੋਈ ਹੋ ਜਾਂਦੇ ਦੇਖੋ ਅਰਜ਼ ਹੈ ਕਿ ਸਾਰੀਆਂ ਚੀਜ਼ਾਂ ਵੇਖਦੇ ਹਾਂ ਮੈਂ ਇੱਥੇ ਨਹੀਂ ਸਾਰਾ ਮੇਰਾ ਪ੍ਰੋਗਰਾਮ ਵੇਖ ਲਓ ਹਫ਼ਤੇ 'ਚ ਘੱਟੋ ਘੱਟ ਮੈਂ 4 ਦਿਨ ਸੰਗਤ ਦੇਖੋ ਇਹ ਤਾਂ ਤੁਸੀਂ ਨਹੀਂ ਲਿਖਣਾ ਕਿ ਇਹੋ ਜਿਹਾ ਕੰਮ ਨਾ ਕਿਸੇ ਨੇ ਕੀਤਾ ਅਤੇ ਨਾ ਕਰਨਾ ਹੁਣ ਇਹੋ ਜਿਹੀ ਗਰਮੀ ਹੈ ਮੁੱਖ ਮੰਤਰੀ ਫੌਜਦਾਰ ਰੇਲ ਗੱਡੀ ਕਰ ਰਹੇ ਬੈਠੇ ਦਫ਼ਤਰ ਮੈਂ ਤੁਹਾਡੇ ਨਾਲ ਕਿਉਂਕਿ ਮੈਨੂੰ ਜਨਤਾ ਨਾਲ ਪਿਆਰ ਹੈ ਇਹ ਗੱਲਾਂ ਚੰਡੀਗੜ੍ਹ ਬੈਠੇ ਕੀ ਪਤਾ ਲੱਗਦਾ ਜਿਹੜੀਆਂ ਇੱਥੇ ਵਾਰਡਾਂ 'ਚ ਅਸੀਂ ਤਾਂ ਹੇਠਾਂ ਤਾਂ ਹੀ ਗਰਾਸ ਰੂਟ ਤਾਂ ਜਾਂਦੇ ਹਾਂ ਵਾਰਡ ਜਾਂਦੇ ਹਾਂ ਪਿੰਡ 'ਚ ਜਾਂਦੇ ਹਾਂ ਤਾਂ ਕਿ ਲੋਕਾਂ ਦੀ ਤਕਰੀਬ ਦਾ ਸਹੀ ਜਾਇਜ਼ਾ ਹੋ ਜਾਵੇ ਤੁਰਦਾ ਐਜੂਕੇਸ਼ਨ 'ਚ ਅਸੀਂ ਕਿਉਂ ਵਿਹੜਾ ਸੀ ਸਾਡੀ ਸਰਕਾਰ ਆਉਣ ਤੋਂ ਪਹਿਲਾਂ 14ਵੇਂ ਨੰਬਰ 'ਤੇ ਸਾਰੇ ਵੀ ਅੱਜ ਤੀਜੇ ਨੰਬਰ 'ਤੇ ਆ ਮੇਰਾ ਮਤਲਬ ਜੇ ਆਪਾਂ ਆਖੋ ਵੀ 100 ਜਿਹੜੀਆਂ ਗੱਲਾਂ ਕੋਈ ਇਹੋ ਜਿਹਾ ਮੁਲਕ ਨਹੀਂ ਜਿੱਥੇ ਸਾਰੀਆਂ ਕਮੀਆਂ ਹੀ ਦੂਰ ਹੋ ਜਾਣ ਹੌਲੀ ਹੌਲੀ ਹੁੰਦੀਆਂ ਜੇਕਰ ਅਸੀਂ ਕਹਿ ਸਕਦੇ ਜਿੰਨਾ ਅਸੀਂ ਕਰ ਰਹੇ ਸ਼ਾਇਦ ਉਸ ਲੁਧਿਆਣਾ ਦੇ ਦੁਗਰੀ ਦੇ ਸਤਜੋਤ ਨਗਰ ਇਲਾਕੇ ਵਿੱਚ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਦਰਜਨ ਭਰ ਨੌਜਵਾਨਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਇੱਕ ਦੁਕਾਨ ਤੇ ਹਮਲਾ ਕਰਕੇ ਦੁਕਾਨ ਮਾਲਕ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਦੋਂ ਪੀੜਤ ਦਾ ਭਰਾ ਉਸ ਦੇ ਬਚਾਅ ਲਈ ਆਇਆ ਤਾਂ ਬਦਮਾਸ਼ਾਂ ਨੇ ਦਾਤਰਾਂ ਨਾਲ ਉਸ ਨੂੰ ਵੀ ਫੱਟੜ ਕਰ ਦਿੱਤਾ ਤੇ ਦੁਕਾਨ ਵਿੱਚ ਖੂਬ ਭੰਨਤੋੜ ਕੀਤੀ ਗੁੰਡਾਗਰਦੀ ਦੀ ਇਹ ਪੂਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਵਾਰਦਾਤ ਤੋਂ ਬਾਅਦ ਪੁਲਿਸ ਮੌਕੇ ਤੇ ਜ਼ਰੂਰ ਪਹੁੰਚੀ ਪਰ ਕਾਰਵਾਈ ਦੇ ਨਾਂ ਤੇ ਟਾਲ ਮਟੋਲ ਕਰਦੀ ਨਜ਼ਰ ਆਈ ਜਿੱਥੇ ਪਰਿਵਾਰ ਵਾਲਿਆਂ ਨੇ ਪੁਲਿਸ ਤੇ ਦੋਸ਼ ਲਾਏ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਪਰਚਾ ਦਰਜ ਕਰ ਲਿਆ ਗਿਆ ਹੈ ਦੋਸ਼ੀਆਂ ਦੀ ਛੇਤੀ ਹੀ ਗ੍ਰਿਫਤਾਰੀ ਕਰ ਲਈ ਜਾਏਗੀ ਗੱਡੀਆਂ ਦੀ ਅੱਗੇ ਪਿੱਛੇ ਕਰਨ ਤੋਂ ਇਹਨਾਂ ਦਾ ਝਗੜਾ ਹੋ ਗਿਆ ਸੀ ਜਸਨਦੀਪ ਸਿੰਘ ਗਿੱਲ ਹੈ ਜਿਹਦੀ ਇੱਥੇ ਗਿੱਲ ਆਟਾ ਚੱਕੀ ਹੈਗੀ ਹੈ ਉਹ ਉਹਦੇ ਝਗੜੇ 'ਚ ਉਹਦੇ ਉਹਨੂੰ ਗਿੱਲ ਨੂੰ ਆ ਕੇ ਦੋਸ਼ੀਆਂ ਨੇ ਇਕੱਠੇ ਹੋ ਕੇ ਆਏ ਉਹਦੇ ਨਾਲ ਹਥਿਆਰਾਂ ਨਾਲ ਉਹਦੇ ਹਮਲਾ ਕਰਤਾ ਉਹਦੇ ਸੱਟਾਂ ਮਾਰੀਆਂ ਉਹ ਅਤੇ ਉਹਦਾ ਭਰਾ ਜਿਹੜੇ ਹੈਗੇ ਜ਼ਖਮੀ ਹੋ ਗਏ ਜਿਹਨਾਂ ਨੂੰ ਜਿਹਨਾਂ ਦਾ ਇਲਾਜ ਚੱਲ ਰਿਹਾ ਅਸੀਂ ਨੇੜੇ ਸੀਸੀਟੀਵੀ ਫੁਟੇਜ ਦੀ ਕਵਰੇਜ 'ਚ ਸਾਰੀ ਗੱਲ ਕਵਰ ਹੋ ਗਈ ਅਸੀਂ ਉਹਦੀ ਡੂੰਘਾਈ ਨਾਲ ਛਾਣਬੀਨ ਕਰ ਲਈ ਹੈ ਆਈਡੈਂਟੀਫਾਈ ਕਰ ਲਿਆ ਸੀ ਦੋਸ਼ੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਵੱਖ ਵੱਖ ਪਾਰਟੀਆਂ ਬਣਾ ਕੇ ਰੇਡਾਂ ਦਾ ਸਿਲਸਿਲਾ ਚੱਲ ਰਿਹਾ ਜਲਦੀ ਦੋਸ਼ੀ ਕਾਬੂ ਕਰਕੇ ਹਾਂ ਕੁਛ ਇਲਾਕੇ ਦੇ ਆ ਕੁਛ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਬਾਹਰੋਂ ਦੋਸਤ ਆਏ ਆ ਉਹ ਨੇ ਉਹਨਾਂ ਦੇ ਕਹਿਣ ਮੁਤਾਬਕ 6-7 ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਆਈਡੈਂਟੀਫਾਈ ਕਰ ਲਿਆ 2-3 ਬੰਦੇ ਹੋਰ ਸੀ ਨਾਲ ਉਹਨਾਂ ਦੇ ਜਿਹੜੇ ਅਣਪਛਾਤੇ ਆ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ